everything has totally impressed. And I think that is why you have such a huge fan base of your. Thank you, sir. My congratulations to you for all this. ਗੱਡੀ ਦਾ ਬੈਲੈਂਸ ਨਾ ਜਾ ਰਿਹਾ, SUV-ਆਂ ਬਲਟ ਜਾਂ ਨਹੀਂ, ਇਹ ਨਹੀਂ ਬਲਟਣੀ ਮੈਨੂੰ ਘੱਟੋ ਘੱਟ ਲੱਗਦਾ ਕਿ ਐਜ਼ ਅ ਬ੍ਰਾਂਡ ਲੈਵਲ ਬਹੁਤ ਵੱਡਾ ਦਿਨ ਹੈ। ਅਤੇ ਮੈਂ ਆਪਣੇ ਇਮੋਸ਼ਨਸ ਨੂੰ, ਮੈਨੂੰ ਸੀਗਾ ਜਿਹੜੇ ਮੇਰੇ ਰੋਅ ਇਮੋਸ਼ਨ ਹੈ ਨਾ, ਮੈਂ ਉਹਨੂੰ ਹਾਈ ਦਿੰਦਾ। ਐਂਡ ਆਮ ਸ਼ੋਰ ਕਿ ਜਿਹੜਾ ਸੋ ਇਮੋਸ਼ਨਲ, ਇੰਨਾ ਇਮੋਸ਼ਨਲ ਉਦੋਂ ਹੀ ਹੁੰਦਾ ਬੰਦਾ ਜਦੋਂ ਕੋਈ ਗੱਲ ਦਿਲੋਂ ਨਿਕਲੇ। ਔਰ ਪਿਛਲੇ 5-6 ਸਾਲਾਂ ਤੋਂ ਮੈਂ ਸੁੰਦਰ ਦੇਵ ਜੀ ਨੂੰ ਜਾਣਦਾ, ਮੁਨੀਰ ਜੀ ਨੂੰ ਜਾਣਦਾ। ਐਂਡ ਪ੍ਰਾਊਡ ਦੀ ਗੱਲ ਹੈ ਕਿ ਆਸ਼ੀਸ਼ ਸਰ ਨੇ ਪਰਸਨਲੀ ਇਨਵੀਟੇਸ਼ਨ ਦਿੱਤਾ ਬੋਥ ਆਫ ਦੈਮ, ਐਂਡ ਦੇ ਹੈਵ ਬੀਨ ਗਿਵਨ ਅ ਸਰਟੀਫਿਕੇਟ ਆਫ ਐਪਰੀਸੀਏਸ਼ਨ। ਬਹੁਤ ਵੱਡੀ ਗੱਲ ਹੈ ਸੁੰਦਰਦੀਪ ਜੀ। ਮੈਂ ਹੁਣੇ ਗਿਆ ਸੀਗਾ, ਮੁੰਬਈ ਗਿਆ ਸੀਗਾ, ਅਤੇ ਮੈਂ ਹਾਲੇ ਐਂਟਰ ਹੀ ਕੀਤਾ, ਆਸ਼ੀਸ਼ ਸਰ ਨੇ ਜਾਂਦੇ ਹੀ ਤੁਹਾਡੇ ਔਰ ਮੁਨੀਸ਼ ਬਾਰੇ ਪੁੱਛਿਆ। ਥੈਂਕ ਯੂ ਹਰਵਿੰਦਰ ਜੀ, ਥੈਂਕ ਯੂ ਲਾਲੀ ਸਰ, ਕਨਿਸ਼ ਜੀ, ਰੋਹਿਤ ਸ਼ਰਮਾ ਜੀ। ਮੈਂ ਇੱਕ ਚੀਜ਼ ਪਹਿਲੇ ਜ਼ਰੂਰ ਕਹਿਣਾ ਚਾਹੂੰਗਾ, ਜਦੋਂ ਮੇਰੇ ਸਿਰਫ 900 ਦੇ ਆਸ ਪਾਸ ਸਬਸਕ੍ਰਾਈਬਰ ਸੀਗੇ ਅਤੇ ਹਰਵਿੰਦਰ ਜੀ ਨੇ ਉਦੋਂ ਵੀ ਮੈਨੂੰ ਇਨਵਾਈਟ ਕੀਤਾ ਸੀ। ਹਰਵਿੰਦਰ ਜੀ ਉਦੋਂ ਆਪਾਂ ਡਿਸਕਸ ਕਰ ਰਹੇ ਸੀ ਕਿ ਵੀ ਹਾਓ ਵੀ ਕੈਨ ਬੂਸਟ ਦਾ ਸੇਲਸ, ਅਤੇ ਅੱਜ ਇੰਨਾ ਵਧੀਆ ਦਿਨ ਹੈ ਕਿ ਵੀ ਆਰ ਹੈਵਿੰਗ ਅ ਪਾਰਟੀ ਬਿਕੋਜ਼ ਅਸੀਂ 2023 ਆਪਣਾ ਬਹੁਤ ਵਧੀਆ ਲੈ ਕੇ ਗਏ ਹਾਂ। ਇਹ ਦਿਨ ਵਾਸਤੇ ਮੈਂ ਕਹੂੰਗਾ ਕਿ ਐਜ਼ ਅ ਕਸਟਮਰ, ਐਜ਼ ਅ ਪ੍ਰਾਊਡ ਕਸਟਮਰ ਔਫ ਵੋਲਕਸਵੈਗਨ, ਮੈਂ ਇਹ ਦਿਨ ਨੂੰ ਡ੍ਰੀਮ ਕਰਦਾ ਸੀਗਾ ਕਿ ਕਿੱਦਾਂ ਇੰਡੀਆ 'ਚ ਇਹ ਚੀਜ਼ ਹੋਵੇ, ਜਿਹੜੀਆਂ ਇੰਨੀਆਂ ਕੈਪੇਬਲ ਕਾਰਸ ਨੇ ਕਿੱਦਾਂ ਇਹਦੇ ਨਾਲ ਆਵੇ। ਅਤੇ ਆਈ ਐਮ ਸੋ ਹੈਪੀ ਦੈਟ ਵਿਦ ਟਾਈਗੂਨ, ਟਿਗੂਆਨ ਐਂਡ ਵਾਟਰਸ ਯੂ ਹੈਵ ਮੇਡ ਦਿਸ ਪੋਸੀਬਲ। ਮੈਂ ਚਾਹੂੰਗਾ ਵੀਡੀਓ ਦੀ ਸ਼ੁਰੂਆਤ ਕੋਈ ਇੱਦਾਂ ਨਹੀਂ ਹੈ ਕਿ ਮੈਂ 2013 'ਚ ਜਦੋਂ ਪੋਲੋ ਲਈ ਸੀ ਅਤੇ ਮੈਂ ਉਦੋਂ ਇੱਕ ਵੀਡੀਓਜ਼ ਪਾਉਣੀ ਸ਼ੁਰੂ ਕਰਤੀਆਂ ਸੀਗੀ। ਜਿੱਦਾਂ ਹੁਣੇ ਕਨਿਸ਼ ਸਰ ਨੇ ਕਿਹਾ ਕਿ ਚੰਗਾ ਕਸਟਮਰ ਤੁਹਾਡੇ ਕੋਲ ਕਸਟਮਰ ਲੈ ਕੇ ਆਉਂਦਾ, ਤੁਹਾਨੂੰ ਕੋਈ ਮਾਰਕੀਟਿੰਗ ਕਰਨ ਦੀ ਲੋੜ ਨਹੀਂ ਪਏਗੀ। ਆਈ ਵਾਜ਼ ਅ ਗੁੱਡ, ਆਈਲ ਸੇ ਆਈ ਵਾਜ਼ ਵੈਰੀ ਹੈਪੀ ਫੋਰ 5-6 ਈਅਰਸ। ਮੈਂ ਤੁਹਾਡੀ ਸਰਵਿਸ ਵਿੱਚ ਵੀ ਮੇਰਾ ਕਦੀ ਮੈਨੂੰ ਕੁਛ ਨਹੀਂ ਕੋਈ ਪ੍ਰੋਬਲਮ ਆਈ। ਅਤੇ ਜਦੋਂ ਮੈਂ ਇੱਕ ਚੀਜ਼ ਰੀਅਲਾਈਜ਼ ਕੀਤੀ ਕਿ ਜਿਹੜੀਆਂ ਮੈਂ ਆਟੋ ਜਰਨਲਿਸਟ ਦੀਆਂ ਵੀਡੀਓਜ਼ ਦੇਖਦਾ, ਉਹਨਾਂ 'ਚ ਜਿਹੜੀਆਂ ਵੋਲਕਸਵੈਗਨ ਅਤੇ ਵੋਲਕਸਵੈਗਨ ਦੀਆਂ ਪਰਟੀਕੁਲਰਲੀ ਕੁਝ ਸਪੈਸ਼ਲਿਟੀਜ਼ ਨੇ, ਉਹਨਾਂ ਨੂੰ ਬਿਲਕੁਲ ਵੀ ਹਾਈਲਾਈਟ ਨਹੀਂ ਕੀਤਾ ਜਾਂਦਾ, ਸਗੋਂ ਇੱਕ ਨੈਗੇਟਿਵ ਮਾਈਂਡ ਸੈੱਟ ਨਾਲ ਉਹਨੂੰ ਰਿਵਿਊ ਕੀਤਾ ਜਾਂਦਾ। ਅਤੇ ਐਜ਼ ਅ ਕਸਟਮਰ ਮੈਨੂੰ ਲੱਗਿਆ ਕਿ ਯਾਰ ਮੈਂ ਓਨਰ ਆ, ਇਫ ਆਈ ਕੈਨ ਸੈਂਸ ਦੀਸ ਥਿੰਗਸ, ਦੇ ਵਾਈ ਦੇ ਆਰ ਨੋਟ ਟਾਕਿੰਗ ਅਬਾਊਟ ਦੈਟ, ਵਾਈ ਦੇ ਆਰ ਸੇਇੰਗ ਕਿ ਐਕਸ ਵਾਈ ਜ਼ੀ ਕਾਰ ਇਜ਼ ਬੈਟਰ ਦੈਨ ਪੋਲੋ ਔਰ ਬੈਂਟੋ। ਉਹ ਚੀਜ਼ ਤੋਂ ਮੈਂ ਸਿਰਫ ਇੱਕ ਆਪਣਾ ਘਰ ਕਾਰ 'ਚ ਬੈਠ ਕੇ ਆਈ ਗੇਵ ਐਨ ਆਂਸਰ ਟੂ ਸਮਵਨ ਕਿ ਯਾਰ ਯੂ ਸ਼ੁੱਡ ਟਾਕ ਅਬਾਊਟ ਦੀਸ ਥਿੰਗਸ ਆਲਸੋ। ਉਹ ਇੰਪੋਰਟੈਂਟ ਥਿੰਗ ਇਜ਼ ਵੀ ਆਰ ਨੋਟ ਮੇਕਿੰਗ ਅਪ ਸਟੋਰੀਜ਼। ਜੋ ਤੁਹਾਡੇ ਪ੍ਰੋਡਕਟਸ ਨੇ, ਜੋ ਉਹਦੀ ਟੈਕਨੋਲੋਜੀ ਯੂਜ਼ ਹੋ ਰਹੀ ਹੈ, ਜੋ ਉਹਦੇ ਸਪੈਸੀਫਿਕੇਸ਼ਨਸ ਨੇ, ਵੀ ਆਰ ਜਸਟ ਸਿੰਪਲੀਫਾਈਂਗ ਦੈਟ ਟੂ ਅ ਨੋਰਮਲ ਕਸਟਮਰ ਕਿ ਟਰਬੋ ਇੰਜਨ 1.0 ਟਰਬੋ ਇੰਜਨ ਹੈ ਕਿ ਤੁਸੀਂ 1000 CC ਸੋਚ ਰਹੇ ਹੋ, ਇਟ ਇਜ਼ ਨੋਟ 1000 CC। ਇਹਦਾ NM ਟੋਕ ਜਿਹੜਾ ਹੈ ਉਹ ਬਾਕੀਆਂ ਕਾਰਸ ਤੋਂ ਬੈਟਰ ਹੈ ਜਿਹਨਾਂ ਦੇ ਇੰਜਨ ਤੁਸੀਂ CC 'ਚ ਵੱਡੇ ਦੇਖ ਰਹੇ ਹੋ। ਇਹ ਚੀਜ਼ਾਂ ਨੋਰਮਲ ਕਸਟਮਰ ਨੂੰ ਨਹੀਂ ਪਤਾ। ਇਹ ਜਦੋਂ ਅਸੀਂ ਰੀਅਲਾਈਜ਼ ਕੀਤਾ ਕਿ ਬੇਸ 'ਤੇ ਕਿੰਨੀ ਨੌਲੇਜ ਜਿਹੜੀ ਆ ਉਹ ਮਿਸਿੰਗ ਹੈ, ਅਤੇ ਦੈਨ ਵੀ ਫਿਗਰਡ ਆਊਟ ਕਿ ਕਿੰਨੀਆਂ ਚੀਜ਼ਾਂ ਸਿੰਪਲੀਫਾਈ ਤਰੀਕੇ ਨਾਲ ਅਸੀਂ ਕਰਕੇ ਦੱਸ ਸਕੀਏ। ਨਥਿੰਗ ਐਲਸ, ਵੀ ਆਰ ਡਰਾਈਵਿੰਗ ਦੀਸ ਕਾਰਸ, ਵੀ ਹੈਵ ਨੋਟਿਸ ਸਮ ਥਿੰਗਸ, ਜਿਹੜੀਆਂ ਆਮ ਕਾਰਸ ਜਿਹੜੀਆਂ ਸੈਗਮੈਂਟ ਲੀਡਰ ਵੀ ਹੋ ਸਕਦੀਆਂ ਨੇ, ਅਤੇ ਤੁਹਾਡੀਆਂ ਕੀ ਚੀਜ਼ਾਂ ਇਸ ਤੋਂ ਬੈਟਰ ਨੇ। ਸੋ ਆਈ ਸਿੰਪਲੀਫਾਈ ਦੋਸ ਥਿੰਗਸ ਐਂਡ ਆਮ ਜਸਟ ਟੈਲਿੰਗ ਇਨ ਅ ਸਿੰਪਲ ਲੈਂਗੁਏਜ ਐਜ਼ ਅ ਕਸਟਮਰ। ਮੈਂ ਕਦੇ ਵੀ ਉਹ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਕਿਸੇ ਨੂੰ ਇੰਪ੍ਰੈਸ ਕਰਕੇ ਕਹਾਂ ਕਿ ਨਹੀਂ ਤੁਸੀਂ VW ਲਓ। ਕਿਸੇ ਨੂੰ ਵੀ ਡੁਅਲ ਕਲਚ ਨਹੀਂ ਪਤਾ, ਕਿਸੇ ਨੂੰ ਟੋਪ ਕਨਵਰਟਰ ਨਹੀਂ ਪਤਾ, ਕਿਸੇ ਨੂੰ CVT ਨਹੀਂ ਪਤਾ। ਲੋਕ AMT ਨੂੰ ਆਟੋਮੈਟਿਕ ਸੋਚ ਕੇ ਲੈ ਰਹੇ ਨੇ, ਫਿਰ ਸੋਚਦੇ ਨੇ ਕਿ ਆਟੋਮੈਟਿਕ ਕਾਰ ਝਟਕੇ ਮਾਰਦੀ ਹੈ। ਇੱਕ ਬੇਸ ਇੰਡੀਅਨ ਕਸਟਮਰ ਨੂੰ ਬਹੁਤ ਨੌਲੇਜ ਦਾ ਅਭਾਵ ਹੈ, ਦੈਟ ਇਜ਼ ਵਾਟ ਆਈ ਰੀਅਲਾਈਜ਼। ਨੋਟ ਓਨਲੀ ਅਬਾਊਟ VW, ਜਿਹੜੇ ਵੀ ਪ੍ਰੋਡਕਟ ਦੀ ਕੋਈ ਅੱਛੀ ਟੈਕਨੋਲੋਜੀ ਆਉਂਦੀ ਹੈ, ਕੋਈ ਹਾਈਬ੍ਰਿਡ ਦੇ ਰਿਹਾ, ਕੋਈ ਵਧੀਆ ਆਟੋਮੈਟਿਕ ਦੇ ਰਿਹਾ 10 ਲੱਖ ਤੋਂ ਥੱਲੇ, ਅਸੀਂ ਉਹਦੀ ਵੀ ਗੱਲ ਕਰਦੇ ਹਾਂ। ਸੋ ਜਿੱਦਾਂ ਸਰ ਨੇ ਕਿਹਾ ਕਿ 2024 ਤੁਸੀਂ 3000 ਨੰਬਰ ਲੁਕਿੰਗ ਫੋਰ ਦੈਟ,
ਦੈਟ ਇਜ਼ ਵੈਰੀ ਮੱਚ ਪੋਸੀਬਲ ਸਪੈਸ਼ਲੀ ਵਿਦ ਸੱਚ ਨਾਈਸ ਕਾਰਸ ਓਬਵੀਅਸਲੀ ਇਹਨਾਂ 'ਚ ਹੁਣ ਕੁਛ ਟਾਈਮ ਦੇ ਨਾਲ ਮੈਨੂੰ ਲੱਗਦਾ ਕਿ ਚੇਂਜਿਸ 2024 'ਚ ਜੇ ਹੋਣਗੀਆਂ ਤਾਂ ਵੀ ਕੈਨ ਈਜ਼ਲੀ ਅਚੀਵ ਦੀਸ ਨੰਬਰ ਐਂਡ ਇੱਕ ਚੀਜ਼ ਆਪਾਂ ਹਮੇਸ਼ਾ ਯਾਦ ਰੱਖਣੀ ਹੈ ਲਾਲੀ ਗਰੁੱਪ ਨੇ ਵੀ ਜਿਹੜੇ ਵੀ ਇੱਥੇ ਸਾਰੇ ਕਸਟਮਰ ਨਾਲ ਡੀਲ ਕਰਦੇ ਨੇ ਸੇਲਸ ਵਿੱਚ ਸਰਵਿਸ ਵਿੱਚ ਕਸਟਮਰ ਨੂੰ ਜੇ ਆਪਾਂ ਖੁਸ਼ ਰੱਖਾਂਗੇ ਕਸਟਮਰ ਤੁਹਾਡੇ ਕੋਲ ਵਾਪਿਸ ਆਏਗਾ ਭਾਵੇਂ ਉਹ ਵਾਰੰਟੀ ਦੇ ਵਿੱਚ ਹੈ ਭਾਵੇਂ ਉਹ ਵਾਰੰਟੀ ਤੋਂ ਬਾਅਦ ਹੈ ਉਹਨੂੰ ਬਿਲਕੁਲ ਵੀ ਜੇ ਕਦੇ ਵੀ ਉਹਨੂੰ ਇੱਦਾਂ ਨਹੀਂ ਲੱਗਣਾ ਚਾਹੀਦਾ ਕਿ ਮੈਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹੀ ਕਸਟਮਰ ਕਹੇਗਾ ਕਿ ਨਹੀਂ ਯਾਰ ਤੁਸੀਂ ਵੋਕਸਵੈਗਨ ਬਾਰੇ ਗਲਤ ਸੋਚਦੇ ਹੋ ਕਿਉਂਕਿ ਕੁਛ ਪੁਰਾਣੇ ਵਿੱਚ ਚੱਲਦੇ ਆ ਰਹੇ ਨੇ ਜਿਹੜੇ ਕਿ ਵੀ ਆਰ ਟ੍ਰਾਇੰਗ ਸੋ ਹਾਰਡ ਬਟ ਸਟਿਲ ਕਈ ਵਾਰੀ ਆਪਾਂ ਕੋਈ ਕੋਈ ਨੌਕਰੀ ਪੇਸ਼ਾ ਬੰਦਾ ਹੁੰਦਾ ਕੋਈ ਥੋੜ੍ਹੀ ਇਨਕਮ ਵਾਲਾ ਬੰਦਾ ਹੁੰਦਾ ਉਹਨੂੰ ਹੀ ਸਟਿਲ ਫੀਅਰਸ ਟੂ ਬਾਏ ਵੋਕਸਵੈਗਨ ਉਹ ਚੀਜ਼ ਨੂੰ ਇੱਦਾਂ ਹੀ ਆਪਾਂ ਖਤਮ ਕਰਾਂਗੇ ਜਿੱਦਾਂ ਤੁਸੀਂ ਇੰਨੀ ਵਧੀਆ ਐਫਰਟ ਲਗਾਈ ਹੈ ਸਰਵਿਸ ਟੈਕਸ ਲੈ ਕੇ ਆਇਓ 6 ਈਅਰ ਦੀ ਵਾਰੰਟੀ ਲੈ ਕੇ ਆਇਓ ਸੋ ਵੀ ਨੀਡ ਲੋਟ ਆਫ ਐਫਰਟ ਕਿਉਂਕਿ ਜਦੋਂ ਆਪਾਂ ਕਿਸੇ ਕਸਟਮਰ ਨੂੰ ਪੀਡਬਲਿਊ ਵਾਲੇ ਪਾਸੇ ਲੈ ਕੇ ਆਉਂਦੇ ਹਾਂ ਤਾਂ ਕੁਝ ਚੀਜ਼ਾਂ 'ਤੇ ਉਹਨੂੰ ਕੰਪਰੋਮਾਈਜ਼ ਕਰਨਾ ਪੈਂਦਾ ਕਿਸੇ ਹੱਦ ਤੱਕ ਰੀਸੇਲ 'ਤੇ ਕਿਸੇ ਹੱਦ ਤੱਕ ਫੀਚਰਸ 'ਤੇ ਸੋ ਵੀ ਨੀਡ ਟੂ ਮੇਕ ਹਿਮ ਫੀਲ ਸਪੈਸ਼ਲ ਕਿ ਯਾਰ ਜੇ ਤੁਸੀਂ ਸਾਡੇ ਬ੍ਰਾਂਡ 'ਚ ਆਉਂਦੇ 20-22 ਲੱਖ ਦੀ ਕਾਰ ਲਈ ਹੈ ਦੈਨ ਯੂ ਆਰ ਸਪੈਸ਼ਲ ਫੋਰ ਅਸ ਫੋਰ 7 ਈਅਰਸ 10 ਈਅਰਸ ਜਿੰਨੀ ਦੇਰ ਤੱਕ ਬੰਦਾ ਗੱਡੀ ਮੇਨਟੇਨ ਕਰ ਸਕੇ ਸੋ ਮਾਈ ਮੈਸੇਜ ਫੋਰ ਯੂ ਇਜ਼ 3000 ਇਜ਼ ਅ ਵੈਰੀ ਸਮਾਲ ਨੰਬਰ ਜੇ ਆਪਾਂ ਕੁਝ ਐਥਿਕਸ ਨੂੰ ਵਧੀਆ ਤਰੀਕੇ ਨਾਲ ਫੋਲੋ ਕਰਕੇ ਚੱਲਾਂਗੇ ਤੇ 3000 ਕੀ 30000 ਵੀ ਹੋਣ ਨੂੰ ਬਹੁਤਾ ਟਾਈਮ ਨਹੀਂ ਲੱਗੇਗਾ ਬਿਕੋਜ਼ ਯੂਅਰ ਪ੍ਰੋਡਕਟਸ ਆਰ ਸੋ ਕੈਪੇਬਲ ਦੈਟ ਆਈ ਬਿਲੀਵ ਇਨ 10-25 ਲੈਕਸ ਤੁਹਾਡੇ ਪ੍ਰੋਡਕਟਸ ਦਾ ਕੋਈ ਮੁਕਾਬਲਾ ਨਹੀਂ ਹੈਗਾ ਐਂਡ ਆਈ ਐਮ ਸੇਇੰਗ ਦਿਸ ਵਿਦ ਕੰਪਲੀਟ ਰਿਸਪੋਂਸਿਬਿਲਿਟੀ ਥੈਂਕ ਯੂ ਸੋ ਮਚ Thank you so much, Lali sir.